ਦੋਸਤੋ ਅੱਜ ਪੰਜਾਬੀ ਮੁੰਡੇ ਕੁੜੀਆਂ ਦੇ ਵਿੱਚ ਬਾਹਰ ਜਾਣ ਦੇ ਲਈ ਫੋਰਨ ਜਾਣ ਦੇ ਲਈ ਇੱਕ ਦੌੜ ਲੱਗੀ ਹੋਈ ਆ ਇਸ ਦੇ ਲਈ ਉਹ ਕੋਈ ਵੀ ਕੀਮਤ ਚੁਕਾਉਣ ਦੇ ਲਈ ਹੱਸਦੇ ਹੱਸਦੇ ਤਿਆਰ ਹੋ ਜਾਂਦੇ ਆ ਆਏ ਦਿਨ ਅਜਿਹਾਂ ਘਟਨਾਵਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਜਿਸ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਠੱਗੀ ਦਾ ਸ਼ਿਕਾਰ ਹੁੰਦੇ ਆ ਜੇਕਰ ਤੁਹਾਡੇ ਦਿਲ ਦੇ ਵਿੱਚ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਦੇ ਦਿਲ ਦੇ ਵਿੱਚ ਇਦਾਂ ਦੀ ਪਲੈਨਿੰਗ ਚੱਲ ਰਹੀ ਆ ਕਿ ਉਹ ਕਿਸੇ ਤਰੀਕੇ ਕੈਨੇਡਾ ਆਸਟ੍ਰੇਲੀਆ ਜਾਂ ਕਿਸੇ ਵੀ ਫੋਰਨ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਤਾਂ ਥੋੜਾ ਜਿਹਾ ਟਾਈਮ ਕੱਢ ਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਓ ਜੇ ਤਾਂ ਕਿ ਤੁਸੀਂ ਕੁਝ ਕੁ ਗੱਲਾਂ ਸਮਝ ਕੇ ਸਾਵਧਾਨ ਜ਼ਰੂਰ ਹੋ ਜਾਉਂ। ਦੋਸਤੋ ਅੱਜ ਪੰਜਾਬ ਦੇ ਹਾਲਾਤ ਇਹੋ ਜਿਹੇ ਆ ਕਿ ਪੰਜਾਬ ਦਾ ਨੌਜਵਾਨ ਕਾਲਜਾਂ ਦੇ ਵਿੱਚ ਜਾਣਾ ਪਸੰਦ ਨਹੀਂ ਕਰਦਾ। ਸਗੋਂ ਪਲੱਸ 2 ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਦਾ ਟੀਚਾ ਇਹ ਹੁੰਦਾ ਕਿ ਉਹ ਆਈਲੈਟਸ ਕਰਕੇ ਬਾਹਰ ਜਾਵੇ ਜਾਂ ਕੋਈ ਹੋਰ ਜਾਇਜ਼ ਨਜਾਇਜ਼ ਤਰੀਕਾ ਵਰਤ ਕੇ ਕਿਸੇ ਤਰੀਕੇ ਪੰਜਾਬ ਤੇ ਇੰਡੀਆ ਤੋਂ ਬਾਹਰ ਨਿਕਲ ਜਾਵੇ। ਉਸ ਨੂੰ ਲੱਗਦਾ ਕਿ ਲੋਕਾਂ ਨੇ ਪਤਾ ਨਹੀਂ ਬਾਹਰ ਜਾ ਕੇ ਕੀ ਕਮਾਈ ਕਰ ਲਈ। ਤੇ ਉਹ ਅਜੇ ਤੱਕ ਇਹ ਕਮਾਈ ਕਰਨ ਤੋਂ ਰੰਦਾ ਸੋ ਇਸ ਦੇ ਲਈ ਉਹ ਆਪਣੇ ਘਰਦਿਆਂ ਨੂੰ ਵੀ ਮਜਬੂਰ ਕਰ ਦਿੰਦਾ ਜਿਹੜੇ ਘਰ ਦੇ ਕਿਸੇ ਤਰੀਕੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚਲਾਉਂਦੇ ਆ ਉਹੀ ਘਰ ਦੇ ਆਪਣੇ लाडले ਪੁੱਤ ਜਾਂ ਧੀ ਦੇ ਲਈ ਜਾਨ ਤੋਂ ਵੀ ਕੀਮਤੀ ਜ਼ਮੀਨ ਵੇਚਣ ਦੇ ਲਈ ਤਿਆਰ ਹੋ ਜਾਂਦੇ ਆ ਵੱਡੇ ਕਰਜ਼ੇ ਚੱਕ ਕੇ ਆਪਣੇ ਧੀਆਂ ਪੁੱਤਾਂ ਨੂੰ ਬਾਹਰ ਭੇਜਣ ਦੇ ਲਈ ਤਿਆਰ ਹੁੰਦੇ ਆ ਸੋ ਦੋਸਤੋ ਇਸੇ ਲਾਲਚ ਦੇ ਵਸ ਪੈ ਕੇ ਆਏ ਦਿਨ ਆਪਣੇ ਨੌਜਵਾਨ ਤੇ ਆਪਣੇ ਮਾਤਾ ਪਿਤਾ ਅਜਿਹਿਆਂ ਠੱਗੀਆਂ ਦੇ ਸ਼ਿਕਾਰ ਹੋ ਜਾਂਦੇ ਆ ਜਿਨ੍ਹਾਂ ਦੀ ਪਰਭਾਈ ਕਰਨੀ ਕਦੇ ਵੀ ਸੰਭਵ ਨਹੀਂ ਹੁੰਦੀ ਪਿਛਲੇ ਦਿਨੀ ਆਪਾਂ ਲਾਡੀ ਦਾ ਕੇਸ ਦੇਖ ਚੁੱਕੇ ਹਾਂ ਜਿਸ ਦੇ ਵਿੱਚ ਲਾਡੀ ਨਾਮ ਦੇ ਨੌਜਵਾਨ ਨੇ ਜਾਨ ਗੁਵਾਈ ਦੋਸਤੋ ਲਾਡੀ ਤੋਂ ਬਾਅਦ ਪਤਾ ਨਹੀਂ ਕਿੰਨੇ ਇੱਕ ਨੌਜਵਾਨ ਲਗਾਤਾਰ ਸਾਡੇ ਸਾਹਮਣੇ ਆ ਰਹੀ ਆ ਜਿਹੜੇ ਕਿ ਉਹਨਾਂ ਦੇ ਨਾਲ ਵਿਆਹ ਕਰਾ ਕੇ ਬਾਹਰ ਗਈਆਂ ਕੁੜੀਆਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਲਗਭਗ ਸਾਰੇ ਨੌਜਵਾਨਾਂ ਦੀ ਕਹਾਣੀ ਇਹੋ ਜਿਹੀ ਆ ਉਹਨਾਂ ਤੋਂ ਕੁੜੀਆਂ ਨੇ ਪੈਸੇ ਲਵਾਏ ਕਿਵੇਂ ਨਾ ਕਿਵੇਂ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਨੇ ਕੁੜੀਆਂ ਤੇ ਪੈਸੇ ਲਾ ਦਿੱਤੇ ਪਰ ਜਦੋਂ ਉਹ ਹੀ ਕੁੜੀਆਂ ਬਾਹਰ ਜਾਵੜੀਆਂ ਫੋਰਨ ਦੇ ਵਿੱਚ ਜਾਵੜੀਆਂ ਤਾਂ ਉਹ ਉਹਨਾਂ ਨੂੰ ਭੁੱਲ ਕੇ ਕਿੱਤੇ ਹੋਰ ਅਫੇਅਰ ਚ ਲਾਉਣ ਲੱਗੀਆਂ ਤੇ ਉਹਨਾਂ ਮੁੰਡਿਆਂ ਨੂੰ ਪਹਿਲਾਂ ਲਾਰਾ ਲਾਈ ਰੱਖਿਆ ਤੇ ਹੁਣ ਕੋਰਾ ਜਵਾਬ ਦੇ ਦਿੱਤਾ ਕਿ ਅਸੀਂ ਤੁਹਾਨੂੰ ਬਾਹਰ ਨਹੀਂ ਲਿਜਾ ਸਕਦੀਆਂ ਦੋਸਤੋ ਅਜਿਹੇ ਕਈ ਨੌਜਵਾਨ ਲਗਾਤਾਰ ਸਾਹਮਣੇ ਆ ਰਹੇ ਆ ਸੋ ਦੋਸਤੋ ਇੱਥੇ ਆਪਾਂ ਕੱਲਾ ਕੁੜੀਆਂ ਦਾ ਕਸੂਰ ਨਹੀਂ ਮੰਨਦੇ ਕਸੂਰ ਉਹਨਾਂ ਦਾ ਵੀ ਆ ਜਿਨ੍ਹਾਂ ਨੇ ਅੱਖਾਂ ਬੰਦ ਕਰਕੇ ਅਜਿਹੇ ਪਰਿਵਾਰਾਂ ਦੇ ਉੱਪਰ ਅਜਿਹੀਆਂ ਕੁੜੀਆਂ ਦੇ ਉੱਪਰ ਸਿਰਫ ਔਰ ਸਿਰਫ ਇਸ ਗੱਲ ਕਰਕੇ ਇਤਬਾਰ ਕਰ ਲਿਆ ਉਸ ਨੇ ਆਈਲੈਂਡਸ ਕੀਤਾ ਹੋਇਆ ਤੇ ਉਹ ਬਾਹਰ ਚਲੀ ਜਾਊਗੀ ਇਸ ਦੇ ਲਈ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੁੜੀ ਕਿੱਦਾਂ ਦੀ ਆ ਕਿੱਦਾਂ ਦਾ ਸੁਭਾਅ ਕਿ ਉਹ ਉਸ ਦੀ ਜੀਵਨ ਸਾਥਣ ਬਣਨ ਦੇ ਲਈ ਯੋਗ ਹੈ ਜਾਂ ਨਹੀਂ ਸਿਰਫ ਔਰ ਸਿਰਫ ਮੁੰਡਿਆਂ ਨੂੰ ਕੈਨੇਡਾ ਦਿਖਾਈ ਦਿੰਦਾ ਸੀ ਸੋ ਹੁਣ ਪਛਤਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਉਹ ਕੁੜੀਆਂ ਨਹੀਂ ਦੇਖੀਆਂ ਜਿਨ੍ਹਾਂ ਦੇ ਨਾਲ ਤੁਸੀਂ ਜ਼ਿੰਦਗੀ ਗੁਜ਼ਾਰਨੀ ਆ ਸਿਰਫ ਔਰ ਸਿਰਫ ਕੈਨੇਡਾ ਦੇਖਿਆ ਸੋ ਜੇਕਰ ਤੁਹਾਡਾ ਲਾਈਫ ਪਾਰਟਨਰ ਹੀ ਯੋਗ ਨਹੀਂ ਤਾਂ ਇਹ ਤਾਂ ਫਿਰ ਉਸਦੀ ਮਰਜ਼ੀ ਹੋਈ ਕਿ ਉਹ ਤੁਹਾਨੂੰ ਧੋਖਾ ਦੇਵੇ ਜਾਂ ਤੁਹਾਡੇ ਨਾਲ ਵਫਾਦਾਰੀ ਨਭਾਵੇ ਤੁਸੀਂ ਪਹਿਲ ਕੈਨੇਡਾ ਨੂੰ ਦਿੱਤੀ ਸੀ ਸੋ ਇਸੇ ਕਰਕੇ ਤੁਹਾਨੂੰ ਇਸ ਦੇ ਵਿੱਚ ਧੋਖਾ ਮਿਲਿਆ ਸੋ ਦੋਸਤੋ ਆਪਾਂ ਇੱਥੇ ਇਹ ਜਰੂਰ ਕਵਾਂਗੇ ਕਿ ਕੱਲਾ ਕੁੜੀਆਂ ਦੇ ਉੱਪਰ ਦੋਸ਼ ਘੜਨਾ ਕਿਤੇ ਨਾ ਕਿਤੇ ਬਿਲਕੁਲ ਗਲਤ ਆ ਆਪਣੇ ਦਿਮਾਗ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਆਪਣੀ ਸਮਝ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਆਪਣੇ ਸਿਆਣੇ ਬਜ਼ੁਰਗਾਂ ਦੀ ਰੈ ਵੀ ਲੇ ਲੈਣੀ ਚਾਹੀਦੀ ਆ ਜਦੋਂ ਸਾਡੇ ਬਜ਼ੁਰਗ ਸਾਨੂੰ ਇਹ ਆਖਦੇ ਆ ਕਿ ਇਦਾਂ ਦੇ ਪੰਗੇ ਦੇ ਵਿੱਚ ਨਾ ਪਾਉ ਪਰ ਅਸੀਂ ਬਜ਼ੁਰਗਾਂ ਨੂੰ ਹੀ ਆਖਦੇ ਆ ਕਿ ਤੁਹਾਨੂੰ ਕੀ ਪਤਾ ਅਸੀਂ ਬਾਹਰ ਜਾਣਾ ਹੀ ਜਾਣਾ ਇੱਕ ਹੀ ਜਿੱਦ ਲਾਈ ਹੁੰਦੀ ਆ ਤੇ ਜਦੋਂ ਆਪਣੀ ਨਾ ਸਮਝੀ ਕਰਕੇ ਕੋਈ ਵੱਡਾ ਨੁਕਸਾਨ ਹੁੰਦਾ ਤਾਂ ਉਸ ਦੇ ਲਈ ਅਸੀਂ ਨਾ ਤਾਂ ਤਿਆਰ ਹੁੰਨੇ ਆ ਤੇ ਨਾ ਹੀ ਸਾਨੂੰ ਪਤਾ ਹੁੰਦਾ ਕਿ ਉਸ ਦਾ ਹੱਲ ਕਿਵੇਂ ਕੀਤਾ ਜਾਵੇ ਸੋ ਜਿਹੜੇ ਮੁੰਡੇ ਹੁਣ ਸਾਹਮਣੇ ਆ ਰਹੇ ਆ ਉਹ ਲੰਬੇ ਸਮੇਂ ਤੋਂ ਸਿਰਫ ਚੁੱਪ ਹੀ ਬੈਠੇ ਸੀ ਕਈ ਥਾਵਾਂ ਤੇ ਗਏ ਪਰ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਹੁਣ ਉਹ ਸਾਹਮਣੇ ਆ ਰਹੇ ਆ ਤੇ ਲਵਪ੍ਰੀਤ लाडी ਦੇ ਕੇਸ ਕਰਕੇ ਸੋਚ ਰਹੇ ਆ ਕਿ ਸ਼ਾਇਦ ਸਾਡੀ ਵੀ ਕੋਈ ਸੁਣਵਾਈ ਹੋ ਸਕੇ ਸੋ ਦੋਸਤੋ ਆਪਾਂ ਇੱਥੇ ਇਹੀ ਕਵਾਂਗੇ ਕਿ ਬੇਸਮਝੀ ਦੇ ਵਿੱਚ ਲਏ ਫੈਸਲੇ ਅਕਸਰ ਗਲਤ ਹੁੰਦੇ ਆ ਵੱਡਿਆਂ ਦੀ رائے ਆਪਣੇ ਫੈਸਲੇ ਦੇ ਵਿੱਚ ਜ਼ਰੂਰ ਲੈ ਲਿਆ ਕਰੋ ਕਿਉਂਕਿ ਆਪਾਂ ਕਿੰਨੇ ਵੀ ਸਿਆਣੇ ਹੋ ਜੀਏ ਪਰ ਸਾਡੇ ਬਜ਼ੁਰਗਾਂ ਦੇ ਨਾਲੋਂ ਸਾਨੂੰ ਜ਼ਿਆਦਾ ਸਮਝ ਨਹੀਂ ਆ ਸਕਦੀ। ਉਹਨਾਂ ਨੂੰ ਚੰਗੇ ਮਾੜੇ ਦੀ ਪਰਖ ਸਾਡੇ ਨਾਲੋਂ ਜ਼ਿਆਦਾ ਹੁੰਦੀ ਆ। ਸੋ ਦੋਸਤੋ ਉਮੀਦ ਆ ਕਿ ਜਿਹੜੀਆਂ ਗੱਲਾਂ ਆਪਾਂ ਵੀਡੀਓ ਰਾਹੀਂ ਕੀਤੀਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਜੇ ਇਹ ਗੱਲਾਂ ਵਧੀਆ ਲੱਗੀਆਂ ਤਾਂ ਇਸ ਵੀਡੀਓ ਨੂੰ ਪੰਜਾਬ ਦੇ ਹਰ ਉਸ ਨੌਜਵਾਨ ਤੱਕ ਜ਼ਰੂਰ ਪਹੁੰਚਾ ਦਿਓ ਜਿਹੜਾ ਕਿ ਸਿਰਫ ਔਰ ਸਿਰਫ ਕੈਨੇਡਾ ਬਾਰੇ ਹੀ ਸੋਚਦਾ ਤੇ ਇਸ ਦੇ ਲਈ ਕੋਈ ਵੀ ਕਦਮ ਚੱਕਣ ਦੇ ਲਈ ਤਿਆਰ ਆ ਤਾਂ ਕਿ ਉਸ ਦਾ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਨੁਕਸਾਨ ਨਾ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਗੱਲਾਂ ਵਧੀਆਂ ਲੱਗੀਆਂ ਤਾਂ ਲਾਈਕ ਕਰ ਦਿਓ ਹੋਰ ਵੀਡੀਓਜ਼ ਦੇ ਲਈ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੋ ਥੈਂਕ ਯੂ ਸੋ ਮੱਚ